ਪੰਜਾਬ ਦਾ ਨੌਜਵਾਨ ਨਸ਼ਿਆਂ ਕਾਰਨ ਬਰਬਾਦ ਹੋ ਰਿਹਾ ਹੈ ਤੇ ਆ ਸਥਿਤੀ ਬਹੁਤ ਚਿੰਤਾਜਨਕ ਹੈ। ਪਰ ਪੰਜਾਬ ਪਹਿਲਾਂ ਵੀ ਕਈ ਮੁਸ਼ਕਿਲ ਸਥਿਤੀਆਂ 'ਚੋਂ ਤਕੜਾ ਹੋ ਕੇ ਨਿਕਲਿਆ ਔਰ ਆਪਾਂ ਇਸ ਸਿਚੁਏਸ਼ਨ ਦਾ ਵੀ ਡਟ ਕੇ ਮੁਕਾਬਲਾ ਕਰਾਂਗੇ। ਔਰ ਪੰਜਾਬ ਦੇ 72ਵੇਂ ਸੁਤੰਤਰਤਾ ਦਿਵਸ 'ਤੇ ਮੈਂ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦਾ ਹਲਫ ਲੈਣਾ ਔਰ ਮੈਂ ਬਰਿੰਦਰ ਸਰਾਂ, ਮਨਪ੍ਰੀਤ ਗੋਨੀ, ਮਨਦੀਪ ਸਿੰਘ, ਤਰੂਵਰ ਕੋਹਲੀ, ਗੀਤਾਂਸ਼ ਖੇੜਾ ਨੂੰ ਹਲਫ ਲੈਣ ਅਤੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਨੋਮੀਨੇਟ ਕਰਦਾ।